ਜੋ ਇਸ ਸਮੇਂ ਇੰਡੀਆ ਦੇ ਵਿੱਚ ਕਿਸਾਨ ਸੰਘਰਸ਼ ਕਿਸਾਨ ਅੰਦੋਲਨ ਚੱਲ ਰਿਹਾ ਹੈ ਉਸ ਨੂੰ ਲੈ ਕੇ ਦੁਨੀਆ ਭਰ ਦੇ ਵਿੱਚ ਲੋਕ ਫਿਕਰਮੰਦ ਨੇ ਕਿਸਾਨਾਂ ਨੂੰ ਮੇਰਾ ਇਹ ਪੈਗਾਮ ਇਹ ਸੁਨੇਹਾ ਹੈ ਕਿ ਬਹੁਤ ਸਾਰੇ ਲੋਕ ਮੇਰੇ ਵਰਗੇ ਜਿਨ੍ਹਾਂ ਦਾ ਆਪਣਾ ਪਿਛੋਕੜ ਇੱਕ ਪਿੰਡੂ ਖੇਤੀਬਾੜੀ ਪਰਿਵਾਰ ਦੇ ਨਾਲ ਸੰਬੰਧ ਤਾਲੁਕ ਰੱਖਦਾ ਹੈ ਐਸੀ ਤੁਹਾਡੀਆਂ ਚਿੰਤਾਵਾਂ ਨੂੰ ਭਲੀ ਭਾਂਤ ਉਸ ਤੋਂ ਜਾਣੂ ਆ ਵਕਦੇ ਆ ਤਦ ਹੀ ਮੈਨੂੰ ਇਹ ਬਹੁਤ ਇਹ ਖੁਸ਼ੀ ਹੋ ਰਹੀ ਹੈ ਤੁਹਾਨੂੰ ਇਹ ਦੱਸਣ ਦੇ ਵਿੱਚ ਕਿ 100 ਤੋਂ ਵੱਧ ਯੂਕੇ ਦੇ ਐਮਪੀਜ਼ ਨੇ ਇੱਕ ਚਿੱਠੀ ਤੇ ਦਸਖਤ ਕੀਤਾ ਹੈ ਜੋ ਕਿ ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੂੰ ਪੇਸ਼ ਕੀਤੀ ਜਾਵੇਗੀ ਪਿਛਲੇ ਮਹੀਨੇ ਨਾ ਚੀਜ਼ ਨੇ ਉਹਨਾਂ ਨੂੰ ਪਾਰਲੀਮੈਂਟ ਦੇ ਵਿੱਚ ਇੱਕ ਸਵਾਲ ਪੁੱਛਿਆ ਸੀਗਾ ਇਸ ਮਸਲੇ ਦੇ ਬਾਰੇ ਪਰ ਅ ਅਫਸੋਸ ਕਿ ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਪੂਰੀ ਤਰ੍ਹਾਂ ਸਮਝ ਨਹੀਂ ਉਸ ਸਵਾਲ ਦੀ ਆਈ ਸੋ ਅਸੀਂ ਇਸ ਤੇ ਵਿੱਚ ਸਪਸ਼ਟ ਕਰਨ ਮੰਗਿਆ ਹੈ ਕਿ ਉਹਨਾਂ ਨੂੰ ਕਿਸ ਹੱਦ ਤੱਕ ਇਸ ਮਸਲੇ ਦੇ ਬਾਰੇ ਜਾਣਕਾਰੀ ਹੈ ਉਹ ਨਾਲ ਦੀ ਨਾਲ ਇਸ ਕਲ ਨੂੰ ਵੀ ਸਪਸ਼ਟ ਕਰਨ ਕਿ ਹਰ ਇੱਕ ਨੂੰ ਹੱਕ ਹੈ ਮੁੱਢਲਾ ਹੱਕ ਹੈ ਕਿ ਉਹ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਕਰ ਸਕੇ ਕਿਉਂਕਿ ਸਾਨੂੰ ਬੇहद ਅਫਸੋਸ ਹੋਇਆ ਸੀ ਜਦੋਂ ਅਸੀਂ ਦੇਖਿਆ ਕਿ ਪਾਣੀ ਦੀਆਂ ਬੋਛਾੜਾਂ ਦੇ ਨਾਲ ਟੇਅਰ ਗੈਸ ਦੇ ਨਾਲ ਲਾਠੀਆਂ ਦੇ ਨਾਲ ਉਹਨਾਂ ਲੱਖਾਂ ਕਿਸਾਨਾਂ ਨੂੰ ਉਸ ਦਾ ਸਾਹਮਣਾ ਕਰਨਾ ਪਿਆ ਸੀ ਇਸ ਦੇ ਨਾਲ ਨਾਲ ਪ੍ਰਧਾਨ ਮੰਤਰੀ ਸਾਹਿਬ ਨੂੰ ਇਹ ਵੀ ਬੇਨਤੀ ਕੀਤੀ ਹੈ ਕਿ ਉਹ ਇੰਡੀਆ ਦੇ ਪ੍ਰਧਾਨ ਮੰਤਰੀ ਤੱਕ ਸਾਡੀਆਂ ਇਸ ਚਿੰਤਾਵਾਂ ਦਾ ਅਹਿਸਾਸ ਉਹਨਾਂ ਨੂੰ ਜ਼ਾਹਿਰ ਕਰਨ ਅਤੇ ਨਾਲ ਦੀ ਨਾਲ ਇਹ ਵੀ ਆਸ ਪ੍ਰਗਟ ਕਰਨ ਕਿ ਅਸੀਂ ਚਾਹੁੰਦੇ ਹਾਂ ਕਿ ਜਲਦ ਤੋਂ ਜਲਦ ਇਸ ਮਸਲੇ ਦਾ ਹੱਲ ਕੱਢਿਆ ਜਾਵੇ ਤਾਂ ਕਿ ਜਿਹੜੇ ਕਿਸਾਨ ਨੇ ਉਹ ਸੁਖੀ ਸ਼ਾਂਤ ਆਪਣੇ ਘਰ ਵਾਪਿਸ ਪਰਤ ਸਕਣ